ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਦਸੂਹਾ ਦੇ ਨੇੜੇ ਮੁਕੇਰੀਆਂ ਕੋਲ ਕੱਲ ਜਦੋਂ ਪੁਲਿਸ ਸੀਆਈਏ ਪੁਲਿਸ ਗਈ ਸੀ ਮਨਸੂਰਪੁਰਿਆ ਕੋਲ ਰਾਣਾ ਮਨਸੂਰਪੁਰਿਆ ਨਾਮ ਦਾ ਇੱਕ ਬਦਮਾਸ਼ ਹੈ ਜਿਹਦੇ ਘਰ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਦੇ ਕੋਲ ਹਥਿਆਰ ਹੋ ਸਕਦੇ ਨੇ ਤੇ ਉੱਥੇ ਉਹਨੇ ਫਾਇਰਿੰਗ ਕਰ ਦਿੱਤੀ ਸੀ ਅੱਜ ਇੱਕ ਇਨਪੁਟ ਜਿਹੜੀ ਪੁਲਿਸ ਨੂੰ ਮਿਲੀ ਹੈ ਉਹ ਮਿਲੀ ਹੈ ਕਿ ਇਹ ਜਿਹੜੇ ਮੰਡ ਦਾ ਜਿਹੜਾ ਇਲਾਕਾ ਹੈ ਜਿਹੜਾ ਉੱਥੇ ਇਲਾਕਾ ਆ ਉਹਦੇ ਵਿੱਚ ਉਹ ਛੁਪੇ ਹੋਣ ਦੀ ਉਹਨਾਂ ਨੂੰ ਸੂਚਨਾ ਮਿਲੀ ਤੇ ਅੱਜ ਉੱਥੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਰਾਣਾ ਮਨਸੂਰਪੁਰੀਆ ਕੱਲ ਜਦੋਂ ਸੀਆਈਏ ਦੀ ਟੀਮ ਉਹਦੇ ਘਰ ਛਾਪੇਵਾਰੀ ਲਈ ਗਈ ਸੀ ਤਾਂ ਉਸਨੇ ਫਾਇਰਿੰਗ ਕਰ ਦਿੱਤੀ ਸੀ ਉਸ ਫਾਇਰਿੰਗ ਦੇ ਵਿੱਚ ਇੱਕ ਸੀਨੀਅਰ ਕਾਂਸਟੇਬਲ ਅਮਰਿਤਪਾਲ ਸ਼ਹੀਦ ਹੋ ਗਿਆ ਸੀ ਅੱਜ ਉਹਦਾ ਸੰਸਕਾਰ ਵੀ ਹੈ ਲੇਕਿਨ ਅੱਜ ਪੁਲਿਸ ਕੱਲ ਤੋਂ ਹੀ ਕੱਲ ਰਾਤ ਤੋਂ ਹੀ ਪੁਲਿਸ ਇਸ ਸਰਚ ਤੋਂ ਲੱਗੀ ਹੋਈ ਸੀ ਲੇਕਿਨ ਹੁਣ ਉਹਨਾਂ ਨੂੰ ਇੱਕ ਇਨਪੁਟ ਮਿਲੀ ਹੈ ਕਿ ਜਿਹੜਾ ਕੰਡੀ ਦਾ ਇਲਾਕਾ ਹੈ ਉਸ ਪਾਸੇ ਜਿਹੜਾ ਕੰਡੀ ਦਾ ਇਲਾਕਾ ਹੈਗਾ ਦਸੂਏ ਦੇ ਨੇੜੇ ਇਹ ਜੰਗਲਾਂ ਦਾ ਇਲਾਕਾ ਜਿਹੜਾ ਹੈਗਾ ਉੱਥੇ ਇਹ ਛੁਪਿਆ ਹੋ ਸਕਦਾ ਹੈ ਤੇ ਪੁਲਿਸ ਨੇ ਪੂਰੇ ਜੰਗਲ ਨੂੰ ਪੁਲਿਸ ਛਾਂੜ ਰਹੀ ਹੈ ਉੱਥੇ ਟੀਮ ਦੀ ਇੱਕ ਵੱਡੀ ਟੁਕੜੀ ਜੜੀ ਹੈ ਉੱਥੇ ਪਹੁੰਚੀ ਹੋਈ ਹੈ ਔਰ ਇਸ ਇਸ ਤੋਂ ਪਹਿਲਾਂ ਕੱਲ ਸ਼ਾਮ ਨੂੰ ਹੀ ਮੁਕੇਰੀਆਂ ਪੁਲਿਸ ਨੇ ਰਾਣਾ ਮਨਸੂਰ ਪੁਰੀਆ ਦੀਆਂ ਤਸਵੀਰਾਂ ਸੁਖਵਿੰਦਰ ਰਾਣਾ ਨਾਮ ਹੈ ਉਹਦਾ ਪੂਰਾ ਤੇ ਉਸ ਦੀਆਂ ਤਸਵੀਰਾਂ ਔਰ 25000 ਇਨਾਮ ਦੇ ਨਾਲ ਉਹਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ ਉਹ ਤਸਵੀਰਾਂ ਤਕਰੀਬਤ ਸੋਸ਼ਲ ਮੀਡੀਆ ਦੇ ਹਰ ਚੈਨਲ ਤੇ ਚੱਲ ਰਹੀਆਂ ਨੇ ਤੇ ਮਨਸੂਰ ਪੁਰੀਆ ਜਿਹੜਾ ਆ ਉਹ ਫਿਲਹਾਲ ਫਰਾਰ ਹੈ ਲੇਕਿਨ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਜਿੱਥੇ-ਜਿੱਥੇ ਪੁਲਿਸ ਨੂੰ ਇਨਫੋ ਇਨਪੁਟ ਮਿਲ ਰਿਹਾ ਪੁਲਿਸ ਉਥੇ ਜਾ ਕੇ ਸਰਚ ਮਹਿੰਮ ਚਲਾ ਰਹੀ ਹੈ ਔਰ ਹੁਣ ਇਸ ਵੇਲੇ ਕੰਢੀ ਇਲਾਕਾ ਜਿਹੜਾ ਹੈਗਾ ਉਹ ਦਸੂਏ ਦਾ ਮਕੇਰੀਆਂ ਦੇ ਨੇੜੇ ਔਰ ਦਸੂਏ ਦੇ ਵਿੱਚ ਕਾਰ ਕਰਕੇ ਜਿਹੜਾ ਕੰਢੀ ਏਰੀਆ ਹੈ ਉੱਥੇ ਇਹ ਇਨਪੁਟ ਮਿਲਿਆ ਕਿ ਅ ਮਨਸੂਰਪੁਰਿਆ ਰਾਣਾ ਮਨਸੂਰਪੁਰਿਆ ਜਿਹੜਾ ਬਦਮਾਸ਼ ਹੈ ਰਾਣਾ ਮਨਸੂਰਪੁਰਿਆ ਅਸੀਂ ਤੁਹਾਨੂੰ ਦਿਖਾ ਦਈਏ ਟੀਵੀ ਤੇ ਰਾਣਾ ਮਨਸੂਰਪੁਰਿਆ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਰਾਣਾ ਮਨਸੂਰਪੁਰਿਆ ਦੀ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਤਸਵੀਰਾਂ ਜਿਹੜੀ ਪੁਲਿਸ ਨੇ ਜਾਰੀ ਕੀਤੀਆਂ ਵਾਂ ਇਹ ਬਦਮਾਸ਼ ਹੈ ਰਾਣਾ ਮਨਸੂਰਪੁਰੀਆ ਇਹਦੇ ਤੇ 25000 ਦਾ ਇਨਾਮ ਪੁਲਿਸ ਨੇ ਰੱਖਿਆ ਹੈ ਤੇ ਜ਼ਾਹਿਰ ਹੈ ਕਿ ਜੇ ਪੁਲਿਸ ਨੇ ਇਨਾਮ ਰੱਖਿਆ ਕਿ ਨੰਬਰ ਜਾਰੀ ਕੀਤਾ ਹੈ ਬਕਾਇਦਾ ਐਸਐਚਓ ਦਾ ਨੰਬਰ ਉੱਥੇ ਜਾਰੀ ਹੋਇਆ ਤੇ ਉਹਦੇ ਤੇ ਇਨਫੋਰਮੇਸ਼ਨ ਆਈ ਹੈ ਕੋਈ ਇਨਪੁਟ ਪੁਲਿਸ ਨੂੰ ਮਿਲੀ ਹੈ ਕਿ ਸੁਖਵਿੰਦਰ ਸਿੰਘ ਰਾਣਾ ਇਹ ਇਸ ਕੰਡੀ ਇਲਾਕੇ ਦੇ ਵਿੱਚ ਛੁਪਿਆ ਹੋ ਸਕਦਾ ਹੈ ਤੇ ਉੱਥੇ ਇੱਕ ਸਰਚ ਮੁਹਿੰਮ ਚੱਲ ਰਹੀ ਹੈ ਇਹ ਜਿਹੜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕੱਲ ਦੇ ਹਸਪੀਟਲ ਦੀਆਂ ਤਸਵੀਰਾਂ ਨੇ ਜਦੋਂ ਅੰਮ੍ਰਿਤਪਾਲ ਨੂੰ ਗੋਲੀ ਲੱਗੀ ਸੀ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਲੇਕਿਨ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀਗਾ ਤੇ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਕੱਲ ਦੀਆਂ ਸਾਡੇ ਕੋਲ ਤਸਵੀਰਾਂ ਨੇ ਲੇਕਿਨ ਜਿਹੜੀ ਤਸਵੀਰ ਪੁਲਿਸ ਨੇ ਜਾਰੀ ਕੀਤੀ ਸੀ ਉਹ ਅਸੀਂ ਤੁਹਾਨੂੰ ਬਿਲਕੁਲ ਗ੍ਰਾਫਿਕ ਦੇ ਨਾਲ ਦਿਖਾ ਰਹੇ ਹਾਂ ਇਹ ਕਾਂਸਟੇਬਲ ਅਮਰਿਤਪਾਲ ਨੂੰ ਗੋਲੀ ਮਾਰਨ ਵਾਲਾ ਜਾਂ ਉਸ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਵਾਲਾ ਇਹ ਰਾਣਾ ਮਨਸੂਰਪੁਰਿਆ ਦੀਆਂ ਦੀ ਤਸਵੀਰਾਂ ਹੈ ਇਹ ਤੁਸੀਂ ਜਿਹੜੀ ਤਸਵੀਰਾਂ ਦੇ ਸਾਈਡ ਤੇ ਜਿਹੜੀ ਛੋਟੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਅਮਰਿਤਪਾਲ ਸਿੰਘ ਉਹ ਕਾਂਸਟੇਬਲ ਹੈ ਜਿਸ ਨੂੰ ਜਿਸ ਨੇ ਸ਼ਹਾਦਤ ਹਾਸਲ ਕੀਤੀ ਹੈ ਉੱਥੇ ਗੋਲੀ ਲੱਗੀ ਜਿਸ ਨੂੰ ਉਸ ਦੀ ਛਾਤੀ 'ਚ ਗੋਲੀ ਲੱਗੀ ਸੀਗੀ ਹਾਲਾਂਕਿ ਇੱਕ ਵੀ ਸਵਾਲ ਹੈ ਕਿ ਜਦੋਂ ਇੱਕ ਵੈਪਨ ਦੀ ਇਨਫੋਰਮੇਸ਼ਨ ਪੁਲਿਸ ਕੋ ਸਿਗੀ ਸੀਆਈਡੀ ਟੀਮ ਉੱਥੇ ਜਾਂਦੀ ਹੈ ਤੇ ਕੀ ਉਸ ਵੇਲੇ ਕੁਝ ਐਸੇ ਪ੍ਰਕੌਸ਼ਨਸ ਨਹੀਂ ਲਈ ਜਾਂਦੇ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ ਜੇ ਉਸਨੇ ਕੋਈ ਸੇਫਟੀ ਜੈਕਟ ੀਆ ਕੋਈ ਬੁਲੇਟ ਪ੍ਰੂਫ ਜੈਕਟ ਪਾਈ ਹੁੰਦੀ ਤਾਂ ਹੋ ਸਕਦਾ ਹੈ ਕਿਉਂਕਿ ਛਾਤੀ 'ਚ ਗੋਲੀ ਲੱਗੀ ਹੈ ਤੇ ਜੇ ਉਹਨੇ ਬੁਲੇਟ ਪ੍ਰੂਫ ਜੈਕਟ ਪਾਈ ਹੁੰਦੀ ਤਾਂ ਹੋ ਸਕਦਾ ਹੈ ਕਿ ਅਮਰਿਤਪਾਲ ਦੀ ਜਾਨ ਬਚ ਜਾਂਦੀ ਲੇਕਿਨ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤੁਸੀਂ ਜਿਹੜੀ ਸਕਰੀਨ 'ਤੇ ਤਸਵੀਰਾਂ ਦੇਖ ਰਹੇ ਬਦਮਾਸ਼ ਰਾਣਾ ਮਨਸੂਰਪੁਰੀਆ ਇਹ ਤੁਸੀਂ ਦੇਖ ਸਕਦੇ ਹੋ ਦੋ ਤਸਵੀਰਾਂ ਇੱਕ ਸਾਈਡ ਤੇ ਔਰ ਇਹ ਤਿੰਨ ਚਾਰ ਤਸਵੀਰਾਂ ਜਿਹੜੀ ਜਾਰੀ ਕੀਤੀਆਂ ਸੀਗੀਆਂ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਨਾਲ-ਨਾਲ ਉਹ ਸ਼ਾਰਟਸ ਵੀ ਕੱਲ ਦੇ ਦਿਖਾ ਰਹੇ ਹਾਂ ਜਿਹੜੇ ਕਿ ਅ ਜਦੋਂ ਉਸ ਨੂੰ ਗੋਲੀ ਲੱਗੀ ਸੀ ਤਾਂ ਉਸ ਨੂੰ ਹਸਪੀਟਲ ਲਿਜਾਇਆ ਗਿਆ ਸੀਗਾ ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਲੇਕਿਨ ਤੁਹਾਨੂੰ ਜਿਹੜਾ ਗ੍ਰਾਫਿਕਸ ਦੇ ਨਾਲ ਜਿਹੜੀ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਉਹ ਰਾਣਾ ਮਨਸੂਰਪੁਰੀਏ ਦੀ ਹੈ ਇਸ ਤੇ ਪੁਲਿਸ ਨੇ 25000 ਦਾ ਇਨਾਮ ਵੀ ਰੱਖਿਆ ਤੇ ਹੁਣ ਸਰਚ ਮੁਹਿੰਮ ਜਿਹੜੀ ਚੱਲ ਰਹੀ ਹੈ ਲਗਾਤਾਰ ਸਰਚ ਮੁਹਿੰਮ ਚੱਲ ਰਹੀ ਹੈ ਔਰ ਇਸ ਮਹਿੰਮ ਦੇ ਵਿੱਚ ਪੁਲਿਸ ਦੀ ਵੱਡੀ ਟੁਕੜੀ ਜਿਹੜੀ ਪੁਲਿਸ ਦੀ ਵੱਡੀ ਟੀਮ ਹੈ ਉਹ ਕੰਢੀ ਦੇ ਜਿਹੜੇ ਜੰਗਲਾਂ ਦਾ ਇਲਾਕਾ ਹੈ ਉਸ ਉਸ ਦੇ ਵਿੱਚ ਫਰੋ ਉਸ ਨੂੰ ਫੋਲ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਇਸ ਇਸ ਨੂੰ ਫੜਿਆ ਜਾ ਸਕੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par